ਪੀਲ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਜਾਨੀ ਕਿ ਬਿਲਕੁਲ ਨਰਵੋ ਪਿਆਰ ਭਰੀ ਸਾਸਰੀਆ ਕਾ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਸੁਰਤਾਲ ਗੰਭਮ ਮਗਰੀ ਮਗਰੀ ਸੁਰਤਾਲ ਸੁਰਤਾਲ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਮਹਿਮਾਨ ਹਨ ਸੂਫੀ ਬਲਵੀਰ ਜੀ ਸੂਫੀ ਬਲਵੀਰ ਜੀ ਨੂੰ ਆਲਮੋਸਟ ਸਾਰੀ ਦੁਨੀਆ ਜਾਣਦੀ ਆ ਕਿਉਂਕਿ ਉਹ ਇੱਕ ਬਹੁਤ ਹੀ ਅੱਛੇ ਰਾਈਟਰ ਹਨ ਉਹ ਸਿੰਗਰ ਹਨ ਮਿਊਜ਼ਿਕ ਡਾਇਰੈਕਟਰ ਹਨ ਤੇ ਉਹਦੇ ਨਾਲ-ਨਾਲ ਉਹਨਾਂ ਨੇ ਬਹੁਤ ਸਾਰੀਆਂ ਬੁੱਕਾਂ ਵੀ ਲਿਖੀਆਂ ਹਨ ਤੇ ਉਹ ਅੱਜਕੱਲ੍ਹ ਯੂਕੇ ਦੇ ਟੂਰ ਤੇ ਹਨ ਤੇ ਮੈਂ ਉਹਨਾਂ ਨੂੰ ਰਿਕੁਐਸਟ ਕੀਤੀ ਤਾਂ ਅੱਜ ਉਹਨਾਂ ਨੂੰ ਸਟੂਡੀਓ 'ਚ ਬੁਲਾਇਆ ਆ ਸਭ ਤੋਂ ਪਹਿਲਾਂ ਆਪਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਭਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਿਲਕੁਲ ਸਰ ਸਾਹਿਬ ਬੜੀ ਬੜੀ ਮਿਹਰਬਾਨੀ ਕਿ ਤੁਸੀਂ ਬਿਲ ਟੀਵੀ ਤੇ ਮੈਨੂੰ ਬੁਲਾ ਕੇ ਇਹ ਮੌਕਾ ਦਿੱਤਾ ਹੈ ਕਿ ਬਿਲ ਟੀਵੀ ਦੇ ਸਾਰੇ ਜਿਹੜੇ ਦਰਸ਼ਕ ਨੇ ਉਨਨਾਲ ਆਪਣੇ ਦਿਲ ਦੀਆਂ ਗੱਲਾਂ ਕਰ ਸਕਾ ਨਹੀਂ ਭਾਜੀ ਸਾਨੂੰ ਤੁਸੀਂ ਮੌਕਾ ਦਿੱਤਾ ਕਿਉਂਕਿ ਮੈਂ ਤੁਹਾਨੂੰ ਕਾਫੀ ਚਿਰ ਤੋਂ ਸੁਣਦਾ ਆ ਜਦੋਂ ਵੀ ਟਾਈਮ ਮਿਲਦਾ ਔਰ ਫੈਨ ਆ ਜੀ ਅਸੀਂ ਤੁਹਾਡੇ ਕਿਉਂਕਿ ਤੁਹਾਡੇ ਗੀਤ ਬਹੁਤ ਹੀ मीनिंगफुल ਹੁੰਦੇ ਆ ਔਰ ਤੁਸੀਂ ਬਹੁਤ ਅੱਛਾ ਸੁਰਤੇ ਵੀ ਤੁਹਾਡੀ ਬੜੀ ਅੱਛੀ ਪਕੜ ਆ ਔਰ ਮਹਾਰਾਜ ਨੇ ਬਹੁਤ ਮੇਰ ਕੀਤੀ ਹੈ ਤੁਹਾਡੇ ਤੇ ਔਰ ਇਦਾਂ ਹੀ ਕਰਦੇ ਰਹਿਣ ਬਹੁਤ ਬਹੁਤ ਸ਼ੁਕਰੀਆ ਇਹ ਤੁਹਾਡੀ ਮੁਹੱਬਤ ਹੈ ਜੋ ਇਹਨਾਂ ਮਾਨ ਦਿੰਨੇ ਹੋ ਭਾਜੀ ਵੈਸੇ ਤੁਸੀਂ ਚੰਡੀਗੜ੍ਹ ਰਹਿੰਦੇ ਹੋ ਹੁਣ ਤੁਸੀਂ ਉਧਰ ਪੰਜਾਬ ਤੋਂ ਕਿੱਥੋਂ ਬਿਲੋਂਗ ਕਰਦੇ ਆ ਮੇਰਾ ਪਿੰਡ ਸੂਫੀਆਂ ਹੈ ਤਹਿਸੀਲ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਅੱਛਾ ਜੀ ਹਾਂ ਜੀ ਤੇ ਸੂਫੀਆਂ ਪਿੰਡ ਤੋਂ ਹੀ ਮੇਰਾ ਨਾਮ ਸੂਫੀ ਮੈਨੂੰ ਵੀ ਤੁਹਾਡਾ ਨਾਮ ਪੈ ਗਿਆ ਤੇ ਭਾਜੀ ਤੁਹਾਨੂੰ ਗਾਉਣ ਦਾ ਸ਼ੌਂਕ ਪਹਿਲਾਂ ਤੋਂ ਨਿੱਕੇ ਹੁੰਦੇ ਹਾਂ ਤੋਂ ਜਾਂ ਘਰ ਦੇ ਵਿੱਚ ਕੋਈ ਗਾਉਂਦਾ ਸੀ ਜਾਂ ਹਾਂ ਨਹੀਂ ਜੀ ਘਰ 'ਚ ਸਾਡੇ ਕੋਈ ਪ੍ਰੋਫੈਸ਼ਨਲ ਹੀ ਤਾਂ ਕੋਈ ਨਹੀਂ ਗਾਉਂਦਾ ਸੀ ਅੱਛਾ ਤੇ ਬਾਕੀ ਪੰਜਾਬੀ ਥੋੜਾ ਥੋੜਾ ਤਾਂ ਸਾਰੇ ਘਰਾਂ 'ਚ ਗਾਉਂਦੇ ਹੀ ਆ ਲੋਕ ਹਾਂ ਜੀ ਹਾਂ ਜੀ ਸੋ ਮੈਨੂੰ ਲਿਖਣਾ ਤੇ ਗਾਉਣਾ ਜਿਹੜਾ ਹੈ ਇੱਕ ਕੁਦਰਤੀ ਬਖਸ਼ਿਸ਼ ਇਕੱਠੀ ਹੋਈ ਹੈ ਜੇ ਮੈਂ ਕਹਾਂ ਕਿ ਇਹ ਜੁੜਵਾ ਹੀ ਪੈਦਾ ਹੋਈਆਂ ਨੇ ਦੋਨੇ ਚੀਜ਼ਾਂ ਕੋਈ ਗੱਲ ਗਲਤ ਨਹੀਂ ਫੇਗੀ ਬਹੁਤ ਅੱਛੀ ਗੱਲ ਅੱਛਾ ਭਾਈ ਹੁਣ ਤੁਸੀਂ ਆਪ ਹੀ ਕਿਹਾ ਕਿ ਲਿਖਣਾ ਤੇ ਗਾਉਣਾ ਇਕੱਠੇ ਹੀ ਮਹਾਰਾਜ ਨੇ ਦਾਤ ਵਖੀ ਪਰ ਤੁਹਾਨੂੰ ਕੀ ਲੱਗਦਾ ਹੈ ਕਿ ਤੁਸੀਂ ਗਾਉਣ ਨੂੰ ਜ਼ਿਆਦਾ ਇੰਜੋਏ ਕਰਦੇ ਹੋ ਜਾਂ ਲਿਖਣ ਨੂੰ ਅਸਲ ਚ ਦੋਨੇ ਡਿਪੈਂਡ ਕਰਦਾ ਹੈ ਕਿ ਕਿਸ ਹਾਲਾਤ ਵਿੱਚ ਆ ਕਿਸ ਜਗ੍ਹਾ ਤੇ ਆ ਜਦੋਂ ਮੈਂ ਲਿਖਣ ਲੱਗਦਾ ਹਾਂ ਜਦੋਂ ਕੋਈ ਆਮਦ ਹੁੰਦੀ ਹੈ ਕੋਈ ਚੰਗੀ ਚੀਜ਼ ਲਿਖੀ ਜਾਂਦੀ ਹੈ ਤੇ ਉਦੋਂ ਲੱਗਦਾ ਹੈ ਕਿ ਮੈਂ ਲਿਖਣ ਵਾਸਤੇ ਹੀ ਬਣਿਆ ਜੀ ਪਰ ਜਦੋਂ ਮੈਂ ਸਟੇਜ ਪਰਫਾਰਮ ਕਰਦਾ ਆਪਣੇ ਸਰੋਤਿਆਂ ਚ ਗਾਉਣਾ ਤੇ ਉਦੋਂ ਮੈਨੂੰ ਲੱਗਦਾ ਕਿ ਮੈਂ ਗਾਉਣ ਵਾਸਤੇ ਹੀ ਬਣਿਆ ਤੇ ਬਹੁਤ ਅੱਛੀ ਗੱਲ ਹੈ ਇਹਦਾ ਤੁਸੀਂ ਦੋਨੇ ਹੀ ਗਾਉਣ ਨੂੰ ਵੀ ਔਰ ਲਿਖਣ ਨੂੰ ਵੀ ਦੋਨਾਂ ਨੂੰ ਇੰਜੋਏ ਕਰਦੇ ਆ ਔਰ ਇਹਦੇ ਨਾਲ ਨਾਲ ਪਾਜੀ ਫਿਰ ਜਿਹੜੀਆਂ ਤੁਸੀਂ ਬੁੱਕਾਂ ਚ ਪੁਆਈਆਂ ਜਾਂ ਬੁੱਕ ਲਿਖਦੇ ਆ ਉਹ ਸ਼ੌਕ ਵੀ ਪਹਿਲਾਂ ਤੋਂ ਹੀ ਸੀ ਜੀ ਆਫਰ ਵਿੱਚ ਆ ਗਿਆ ਨਹੀਂ ਬਿਲ ਭਾਜੀ ਮੈਂ ਅਸਲ ਚ ਪੜਿਆ ਬਹੁਤ ਹੈ ਅੱਛਾ ਜੀ ਮੈਂ ਨਹੀਂ ਕਹਿੰਦਾ ਮੈਂ ਪੜਿਆ ਬਹੁਤ ਹੈ ਪੜਿਆ ਬਹੁਤ ਹੈ ਬਹੁਤ ਲੋਕਾਂ ਨੇ ਪੜਿਆ ਬਹੁਤ ਬੁੱਕਾਂ ਹੋਰ ਲਿਟਰੇਚਰ ਬਹੁਤ ਪੜਿਆ ਅੱਛਾ ਜੀ ਅੱਛਾ ਜੀ ਮੈਕਸਿਮ ਗੋਰਕੀ ਇੱਕ ਬਹੁਤ ਵੱਡੇ ਰਾਈਟਰ ਹੋਏ ਨੇ ਤੇ ਉਹਨਾਂ ਨੇ ਆਪਣੀ ਕਿਤਾਬ ਦੇ ਪਹਿਲੇ ਪੇਜ ਤੇ ਹੀ ਇਹ ਗੱਲ ਲਿਖੀ ਹੈ ਕਿ ਮੇਰੇ ਅੰਦਰ ਜੋ ਕੁਝ ਵੀ ਚੰਗਾ ਹੈ ਇਹ ਚੰਗੀਆਂ ਕਿਤਾਬਾਂ ਪੜਨ ਕਰਕੇ ਹੈ ਤੇ ਮੈਂ ਜੇ ਤੁਸੀਂ ਕਹਿੰਦੇ ਹੋ ਕਿ ਮੇਰੇ ਗੀਤਾਂ 'ਚ ਕੋਈ मीनिंग ਹੈ ਕੋਈ ਅਰਥ ਹੈ ਤੇ ਮੇਰਾ ਖਿਆਲ ਹੈ ਕਿ ਮੈਂ ਜਿਹੜੇ ਬਹੁਤ ਚੰਗੇ ਲੋਕਾਂ ਨੂੰ ਪੜਿਆ ਹੈ ਮੈਂ ਜਿੰਨੇ ਚੰਗੇ ਲੋਕਾਂ ਨੂੰ ਸੁਣਿਆ ਹੈ ਉਹਨਾਂ ਦੀ ਸੋਭਤ ਅਸਰ ਹੈ ਸ਼ਾਇਦ ਕੁਦਰਤ ਨੇ ਇਸੇ ਕਰਕੇ ਸਾਨੂੰ ਜ਼ੁਬਾਨ ਇੱਕ ਦਿੱਤੀ ਹੈ ਤੇ ਕੰਨ ਦੋ ਦਿੱਤੇ ਨੇ ਕਿ ਬੋਲਿਆ ਘਟ ਜਾਵੇ ਤੇ ਸੁਣਿਆ ਜਾਤਾ ਜਾਵੇ ਜਿਹੜਾ ਭਾਂਡਾ ਭਰੇਗਾ ਹੀ ਨਹੀਂ ਉਹਦੇ ਵਿੱਚੋਂ ਨਿਕਲੇਗਾ ਕੀ ਇਸ ਕਰਕੇ ਸੁਣਨਾ ਜ਼ਿਆਦਾ ਚਾਹੀਦਾ ਹੈ ਪੜ੍ਹਨਾ ਜ਼ਿਆਦਾ ਚਾਹੀਦਾ ਹੈ ਬੋਲਣ ਨਾਲੋਂ ਸੁਣਨਾ ਜ਼ਿਆਦਾ ਚਾਹੀਦਾ ਲਿਖਣ ਨਾਲੋਂ ਪੜ੍ਹਨਾ ਜ਼ਿਆਦਾ ਚੰਗਾ ਹੈ ਇਸ ਕਰਕੇ ਕਿਸੇ ਵੀ ਮੇਰਾ ਖਿਆਲ ਇਨਸਾਨ ਦਾ ਪਲਾਨ ਨਹੀਂ ਹੁੰਦਾ ਸੁਪਨੇ ਤਾਂ ਬਹੁਤ ਹੁੰਦੇ ਨੇ ਕਿ ਮੈਂ ਇਹ ਕਰਾਂਗਾ ਉਹ ਕਰਾਂਗਾ ਪਰ ਸੁਪਨੇ ਤਾਂ ਮਿੱਠੇ ਨੇ ਹਕੀਕਤਾਂ ਕੌੜੀਆਂ ਬੜੀਆਂ ਇਸ਼ਕੇ ਦੇ ਸ਼ਹਿਰ ਦੀਆਂ ਨਹੀਂ ਗਲੀਆਂ ਸੌੜੀਆਂ ਬੜੀਆਂ ਬਿਲਕੁਲ ਬਿਲਕੁਲ ਹਕੀਕਤ ਬਹੁਤ ਕੌੜੀ ਹੁੰਦੀ ਹੈ ਸੁਪਨੇ ਤਾਂ ਚਲੋ ਵੇਖਣ ਤੇ ਕਿਸੇ ਦੀ ਪਾਬੰਦੀ ਨਹੀਂ ਹੈ ਪਰ ਕਿਤਾਬਾਂ ਲਿਖਣਾ ਕੋਈ ਮੇਰਾ ਖਾਬ ਨਹੀਂ ਸੀਗਾ ਪਰ ਇਹ ਕਿ ਜਦੋਂ ਤੁਸੀਂ ਲਿਖਦੇ ਹੋ ਤੇ ਤੁਹਾਡੇ ਸੱਜਣ ਮਿੱਤਰ ਤੁਹਾਨੂੰ ਸਲਾਹ ਦਿੰਦੇ ਨੇ ਕਿ ਯਾਰ ਕਿਤਾਬਾਂ ਵਿੱਚ ਪਾ ਦੇ ਤੇ ਉਹ ਮੇਰਾ ਖਿਆਲ ਉਹ ਵੀ ਕੁਦਰਤੀ ਆਪੇ ਹੋਈ ਜਾ ਰਿਹਾ ਸਾਰਾ ਕੁਝ ਇਹ ਤਾਂ ਬਹੁਤ ਚੰਗੀ ਗੱਲ ਹੈ ਜੀ ਤੇ ਭਾਜੀ ਇਹਦੇ ਨਾਲ ਨਾਲ ਤੁਸੀਂ ਆਪਣੇ ਗਾਣਿਆਂ ਦਾ ਮਿਊਜ਼ਿਕ ਵੀ ਆਪ ਬਣਾਉਂਦੇ ਆ मोस्ट ਆਫ ਟਾਈਮ ਕੰਪੋਜੀਸ਼ਨ ਤੁਹਾਡੀਆਂ ਆਪਣੀਆਂ ਹੁੰਦੀਆਂ ਜੀ ਮੇਰੀਆਂ ਕੰਪੋਜੀਸ਼ਨ ਆਪਣੀਆਂ ਹੁੰਦੀਆਂ ਨੇ ਤੇ ਕੁਦਰਤੀ ਗੱਲ ਹੈ ਕਿ ਅੱਜ ਡਿਜੀਟਲ ਜ਼ਮਾਨਾ ਹੋ ਗਿਆ ਅਸੀਂ ਸਟੂਡੀਓ ਵੀ ਆਪਣਾ ਬਣਾ ਲਿਆ ਤੇ ਜਦੋਂ ਤੁਸੀਂ ਕੰਪੋਜੀਸ਼ਨ ਆਪਣੀ ਆਪ ਕਰਦੇ ਹੋ ਕਾਫੀ ਹੱਦ ਤੱਕ ਉਹਦੇ ਵਿੱਚ ਹੀ ਸੰਗੀਤ ਹੁੰਦਾ ਹੈ ਮੈਂ ਕਾਫੀ ਗੀਤਾਂ ਦਾ ਮਿਊਜ਼ਿਕ ਆਫ ਕਰਦਾ ਹਾਂ ਉਹ ਮੈਂ ਕਈ ਚੰਗੇ ਮਿਊਜ਼ਿਕ ਡਾਇਰੈਕਟਰ ਨਾਲ ਵੀ ਕੰਮ ਕੀਤਾ ਹੈ ਭਾਜੀ ਜਿਹੜੀ ਤੁਸੀਂ ਆਪਣੇ ਗੀਤ ਆਪਣੇ ਲਈ ਤਾਂ ਤੁਸੀਂ ਲਿਖਦੇ ਹੀ ਆ ਤੇ ਮੈਨੂੰ ਤਾਂ ਪਤਾ ਮੈਂ ਚਾਹੁੰਦਾ ਕਿ ਮੇਰੇ ਦਰਸ਼ਕਾਂ ਨੂੰ ਤੁਸੀਂ ਦੱਸੋ ਕਿ ਤੁਸੀਂ ਤੁਹਾਡੇ ਰਿਛੇ ਗੀਤ ਹੋਰ ਕਿਹੜੇ-ਕਿਹੜੇ ਆਰਟਿਸਟ ਨੇ ਗਾਏ ਸਰਜੀਤ ਖਾਨ ਨੇ ਗਾਏ ਨੇ ਕੁਝ ਗੀਤ ਹੰਸਰਾ ਜਹੰਸ ਭਾਜੀ ਕੋਲ ਵੀ ਕੁਝ ਗੀਤ ਮੇਰੇ ਪਏ ਨੇ ਅੱਛਾ ਜੀ ਉਹ ਵੀ ਮੇਰਾ ਕਲਾਮ ਗਾਉਣਾ ਚਾਹੁੰਦੇ ਨੇ ਅੱਛਾ ਜੀ ਤੇ ਉਹ ਪਤਾ ਨਹੀਂ ਹੋਏ ਨਾ ਰਿਕਾਰਡ ਕੇ ਨਹੀਂ ਹੋਏ ਪਰ ਕੁਝ ਜੀ ਤਾਂ ਹਾਂ ਜੀ ਤਾਂ ਹੁਣ ਪੀਜੀ ਬਹੁਤ ਹੋ ਗਿਆ ਹਾਂ ਚਲ ਕੋਈ ਗੱਲ ਨਹੀਂ ਪਰ ਉਹਨਾਂ ਨਾਲ ਬੜੀ ਅੱਛੀ ਸਾਝ ਹੈ ਪਰ ਉਹ ਤੁਹਾਡੇ ਰਿ ਰਿਕਸ਼ਨ ਨੂੰ ਪਸੰਦ ਕਰਦੇ ਆ ਉਹਨਾਂ ਨੂੰ ਚਾਹੁੰਦੇ ਆ ਬਹੁਤ ਅੱਛੀ ਗੱਲ ਕਰਦੇ ਨੇ ਕਈ ਲੋਕਾਂ ਹੋਰ ਨਾਲ ਨਹੀਂ ਮਗਾਇਆ ਤੇ ਚਲੋ ਠੀਕ ਹੈ ਜਿਨ੍ਹਾਂ ਨੇ ਕਰ ਹਾਂ ਬਿਲਕੁਲ ਜੀ ਤੇ ਪਰ ਜਿਆਦਾਤਰ ਤੁਸੀਂ ਆਪਣੇ ਗੀਤ ਖੁਦ ਲਿਖਦੇ ਆਂ ਔਰ ਖੁਦ ਗਾਉਂਦੇ ਆਂ ਦਰਸ਼ਕਾਂ ਨੂੰ ਬਹੁਤ ਪਸੰਦ ਵੀ ਆਉਂਦੇ ਆ ਇਹ ਬਹੁਤ ਅੱਛੀ ਗੱਲ ਹੈ ਤੇ ਪਾਜੀ ਜਿੱਦਾਂ ਹੁਣ ਤੁਸੀਂ ਕਾਫੀ ਚਿਰ ਤੋਂ ਗਾ ਰਹੇ ਆਂ ਇਸ ਇੰਡਸਟਰੀ ਨਾਲ ਜੁੜੇ ਹੋਏ ਆਂ ਜਿਹੜਾ ਪਹਿਲਾਂ ਗਾਇਕੀ ਸੀਗੀ ਤਾਂ ਜਿਹੜੀ ਹੁਣ ਗਾਇਕੀ ਆ ਤੁਹਾਨੂੰ ਕਿੰਨਾ ਅੰਤਰ ਲੱਗਦਾ ਇਹਦੇ ਵਿੱਚ ਹੈ ਵੇਖੋ ਜੀ ਜਿਹੜਾ ਤਬਦੀਲੀ ਆ ਉਹ ਨੇਚਰ ਦਾ ਇੱਕ ਸਿਧਾਂਤ ਹੈ ਨਿਯਮ ਹੈ ਇਹ ਬਦਲਦਾ ਹੀ ਰਹਿੰਦਾ ਸੰਗੀਤ ਪੰਜ-ਸੱਤ ਸਾਲਾਂ ਬਾਅਦ ਕਦੀ ਡਿਊਟ ਚੱਲਣ ਲੱਗ ਜਾਂਦੇ ਨੇ ਕਦੀ ਫਿਰ ਸੋਲੋ ਆ ਜਾਂਦੇ ਨੇ ਕਦੀ ਲੋਕ ਸੈਡ ਸੁਣਨ ਲੱਗ ਜਾਂਦੇ ਨੇ ਕਦੀ ਹਾਂਜੀ ਰੋਮਾਂਟਿਕ ਗੀਤ ਚੱਲਣ ਲੱਗ ਜਾਂਦੇ ਨੇ ਪਰ ਕਿਉਂਕਿ ਹੁਣ ਜਦੋਂ ਦਾ ਇੰਟਰਨੈਟ ਦਾ ਜ਼ਮਾਨਾ ਆਇਆ ਹੈ ਸਾਰੀ ਦੁਨੀਆ ਬਹੁਤ ਨੇੜੇ-ਨੇੜੇ ਹੋ ਗਈ ਆ ਉਹਦੇ ਕਰਕੇ ਵਰਲਡ ਇੱਕ ਪਿੰਡ ਹੀ ਬਣ ਗਿਆ ਉਹ ਫਿਰ ਜਦੋਂ ਤੁਸੀਂ ਨੈਟ ਤੇ ਸਰਚ ਮਾਰਦੇ ਹੋ ਕਿ ਇਰਾਨੀ 뮤직 ਸੁਣਨਾ ਉਥੋਂ ਦੀ ਰਿਦਮ ਉਥੋਂ ਦੇ ਪੈਟਰਨ ਉਥੋਂ ਦੀ ਕੰਪੋਜੀਸ਼ਨ ਸੁਣ ਸਕਦੇ ਹੋ ਬਿਲਕੁਲ ਜਾਂ ਤੁਸੀਂ ਅਮਰੀਕਾ ਦੇ ਕਿਸੇ ਏਰੀਏ ਦੇ ਜਾਂ ਕਿਸੇ ਵੀ ਮੁਲਕ ਦੇ ਏਰੀਏ ਸੁਣ ਸਕਦੇ ਹੋ ਉਹ ਸਾਰਾ ਮਿਸ਼ਰਣ ਵਿੱਚ ਵਿੱਚ ਥੋੜਾ ਥੋੜਾ ਲੈ ਕੇ ਥੋੜੀ ਜੀ ਵੈਰਾਈਟੀ ਬਣ ਗਈ ਪਰ ਸਾਡੀ ਗਾਇਕੀ ਥੋੜੀ ਜੀ ਡਿਫਰੈਂਟ ਪਾਸੇ ਨੂੰ ਨਹੀਂ ਚੱਲ ਪਈ ਹੁਣ ਆਈ ਗੈਸ ਡਿਫਰੈਂਟ ਤੇ ਮੈਂ ਕਹਿੰਦਾ ਉਹ ਤਾਂ ਕੋਈ ਪ੍ਰੋਬਲਮ ਨਹੀਂ ਕਿ ਤੁਸੀਂ ਕਿਸੇ ਵੀ ਬੀਟ 'ਚ ਗਾਓ ਕੁਝ ਵੀ ਇੰਸਟਰੂਮੈਂਟ ਇਸਤੇਮਾਲ ਕਰੋ ਆਪਣੇ ਗੀਤਾਂ ਵਿੱਚ ਉਹਦੀ ਕੋਈ ਪ੍ਰੋਬਲਮ ਨਹੀਂ ਹੈ ਪਰ ਜਿਹੜਾ ਚੰਗੇ ਸ਼ਬਦ ਸੀਗੇ ਚੰਗਾ ਕਲਾਮ ਸੀਗਾ ਮੇਰਾ ਖਿਆਲ ਅੱਜ ਕਈ ਲੋਕ ਸਾਰੇ ਤਾਂ ਨਹੀਂ ਮੈਂ ਕਹਿ ਸਕਦਾ ਕਈ ਲੋਕ ਐ ਸਮਝਦੇ ਨੇ ਕਿ ਇਹਦੀ ਜ਼ਰੂਰਤ ਨਹੀਂ ਹੈ ਕਿ ਮੈਂ ਮੈਂ ਹੀ ਕਰੀ ਜਾਣਾ ਕੀਤਾ ਚ ਕਿ ਮੈਂ ਇਦਾਂ ਕਰ ਦੇਣਾ ਨਾ ਇਦਾਂ ਕਰ ਦੇਣਾ ਆਪਣੇ ਮੂੰਹ ਤੋਂ ਆਪਣੀ ਵਡਿਆਈ ਕਰਨਾ ਤਾਂ ਉਚਿਤ ਨਹੀਂ ਹੁੰਦਾ ਬਿਲਕੁਲ ਚੰਗਾ ਤਾਂ ਉਹ ਹੁੰਦਾ ਕਿ ਤੁਹਾਡੀ ਵਡਿਆਈ ਦੁਨੀਆ ਕਰੇ ਤੁਹਾਨੂੰ ਸੂਰਮਾ ਕਹੇ ਤਾਂ ਲੋਕ ਕਹੇ ਤੁਹਾਨੂੰ ਸੋਹਣਾ ਕਹੇ ਤੇ ਦੁਨੀਆ ਕਹੇ ਤੁਹਾਨੂੰ ਵਿਦਵਾਨ ਕਹੇ ਤੇ ਦੁਨੀਆ ਕਹੇ ਤਾਂ ਉਹ ਚੰਗਾ ਲੱਗਦਾ ਹੈ ਪਰ ਅੱਜ ਕੱਲ੍ਹ ਅ ਮੇਰਾ ਖਿਆਲ ਗੀਤਾ ਚ ਸੈਲਫ ਪ੍ਰੇਜ਼ ਬਹੁਤ ਹੋਣ ਲੱਗ ਗਈ ਹੈ ਬਹੁਤ ਜ਼ਿਆਦਾ ਮੈਨੂੰ ਲੱਗਦਾ ਜਿਆਦਾਤਰ ਲੋਕ ਅੱਜ ਕੱਲ ਸੌਰੀ ਮੈਂ ਕਿਸੇ ਦੇ ਇਖਲਾਫ ਨਹੀਂ ਗੱਲ ਕਰ ਰਿਹਾ ਕਿ ਜਿਆਦਾ ਸਿੱਖਣਾ ਵੀ ਨਹੀਂ ਚਾਹੁੰਦੇ ਟਾਈਮ ਵੀ ਨਹੀਂ ਵੇਸਟ ਕਰਨਾ ਚਾਹੁੰਦੇ ਛੇਤੀ ਛੇਤੀ ਮਾਰਕੀਟ 'ਚ ਆਉਣਾ ਚਾਹੁੰਦੇ ਆ ਹਾਂਜੀ ਟਾਈਮ ਵੇਸਟ ਨਹੀਂ ਹੁੰਦਾ ਅਸਲ ਦੇ ਵਿੱਚ ਟਾਈਮ ਲੇਖੇ ਯੋ ਲੱਗਦਾ ਜਿਹੜਾ ਸਿੱਖਣ 'ਚ ਲੱਗ ਜਾਵੇ ਸਿੱਖਣ 'ਚ ਅਗਰ ਤੁਸੀਂ ਸਿੱਖਦੇ ਨਹੀਂ ਆ ਫਿਰ ਤੁਸੀਂ ਵੇਸਟ ਕਰ ਰਹੇ ਹੋ ਆਪਣਾ ਟਾਈਮ ਬਿਲਕੁਲ ਹੈਨਾ ਜੀ ਹਾਂਜੀ ਤੇ ਮੈਂ ਕਿ ਲਿਖਿਆ ਸੀਗਾ ਕਿ ਬੇਦਰਦੀ ਸੱਜਣਾ ਨੂੰ ਹਾਲ ਸੁਣਾ ਕੇ ਕੀ ਲੈਣਾ ਜਿੱਥੇ ਕਦਰ ਹੀ ਨਹੀਂ ਹੁੰਦੀ ਉਥੇ ਜਾ ਕੇ ਕੀ ਲੈਣਾ ਜੋ ਭਰਿਆ ਹੁੰਦਾ ਏ ਉਹ ਛਲ ਛਲ ਨਹੀਂ ਕਰਦਾ ਜੇ ਅੰਦਰੋਂ ਖਾਲੀ ਐ ਤਾਂ ਭੇਸ ਵਟਾ ਕੇ ਕੀ ਲੈਣਾ ਕੰਮ ਉਹੀ ਕਰੀਏ ਜੀ ਜਿਹੜਾ ਕਰਨਾ ਆਉਂਦਾ ਏ ਜੇ ਗਾਉਣਾ ਨਹੀਂ ਸਿੱਖਿਆ ਤੂੰ ਗਾ ਕੇ ਕੀ ਲੈਣਾ ਸਹੀ ਗਾ ਬਿਲਕੁਲ ਸਹੀ ਗਾ ਤੇ ਉਹ ਐਸੀਆਂ ਗੱਲਾਂ ਸੀ ਕਿ ਕੰਮ ਉਹ ਕਰਨਾ ਚਾਹੀਦਾ ਜਿਹੜਾ ਕਰਨਾ ਆਉਂਦਾ ਹੋਵੇ ਜਿਹੜਾ ਵੀ ਕੰਮ ਕਰੀਏ ਉਹ ਸਿੱਖ ਕੇ ਕਰਾਂਗੇ ਤੇ ਮੇਰਾ ਖਿਆਲ ਲੱਗੇ ਕੋਈ ਵੀ ਕੰਮ ਹੈ ਭਾਜੀ ਕੋਈ ਵੀ ਕੰਮ ਹੈ ਸਾਨੂੰ ਪਹਿਲਾ ਸਿੱਖਣਾ ਬਹੁਤ ਜ਼ਰੂਰੀ ਆ ਜੀ ਔਰ ਜੇ ਸਿੱਖਿਆ ਹੋਊਗਾ ਤਾਂ ਮੈਂ ਪ੍ਰਾਊਡਲੀ ਕਹਿ ਸਕਦਾ ਕਿ ਮੈਂ ਆ ਕੰਮ ਸਹੀ ਕਰਦਾ ਜੀ ਮੈਂ ਆਪ ਜੀ ਨੂੰ ਇੱਕ ਵਾਕਿਆ ਦੱਸਦਾ ਕਿ ਮੈਂ ਦੂਰਦਰਸ਼ਨ ਜਲੰਧਰ ਇੱਕ ਵਾਰੀ ਆਡੀਸ਼ਨ ਦੇਣ ਗਿਆ ਸੀਗਾ ਮੇਰਾ ਸੁਪਨਾ ਸੀ ਕਿ ਮੈਂ ਦੂਰਦਰਸ਼ਨ ਯਾਰ ਟੀਵੀ ਤੇ ਗਾਵਾ ਕਿਤੇ ਵੀ ਅੱਛਾ ਜੀ ਤੇ ਮੈਂ ਆਡੀਸ਼ਨ ਚ ਫੇਲ ਹੋ ਗਿਆ ਸੀ ਮੈਂ ਤਦ ਤੱਕ ਸਿੱਖਿਆ ਨਹੀਂ ਸੀ ਹਾਂ ਜੀ ਤੇ ਫਿਰ ਉਸ ਦਿਨ ਮੈਨੂੰ ਪਤਾ ਲੱਗਿਆ ਸਿੱਖੇ ਜੇ ਇਸ ਰਾਹ ਚੋਂ ਲੰਘਣਾ ਹੈ ਤਾਂ ਸਿੱਖਣਾ ਜ਼ਰੂਰੀ ਹੈ ਸਿੱਖਣਾ ਜ਼ਰੂਰੀ ਹੈ ਫਿਰ ਮੈਂ 5 ਸਾਲ ਬਕਾਇਦਾ ਸਿੱਖਿਆ ਵੋਕਲੈਂਡ ਇੰਸਟਰੂਮੈਂਟ ਦੇ ਵਿੱਚ ਮੈਂ ਵੀ ਸ਼ਾਰਦ ਕੀਤੀ ਅੱਛਾ ਜੀ ਉਸ ਤੋਂ ਬਾਅਦ ਇਸੇ ਤਰ੍ਹਾਂ ਲਿਖਣ ਦੇ ਵਿੱਚ ਵੀ ਹੋਇਆ ਲਿਖਣ ਦੇ ਵਿੱਚ ਕੋਈ ਉਸਤਾਦ ਦਾ ਨਹੀਂ ਤਾਰਿਆ ਜਾ ਸਕਦਾ ਹਾਂ ਜੀ ਪਰ ਇੱਕ ਗਾਈਡੈਂਸ ਰਹਿਨਮਾਈ ਕਿਸੇ ਦੀ ਹੋ ਸਕਦੀ ਹੈ ਹਾਂ ਜੀ ਹਾਂ ਜੀ ਇੱਕ ਰੰਮੀ ਗੋਵਾਲਾ ਗੀਤਕਾਰ ਹੋਏ ਨੇ ਆਪਣੇ ਜ਼ਮਾਨੇ 'ਚ ਉਹਨਾਂ ਨਾਲ ਮੇਰੀ ਮੁਲਾਕਾਤ ਹੋਈ ਸੀ ਬਹੁਤ ਅਰਸਾ ਪਹਿਲਾਂ ਤੇ ਉਹ ਕਹਿੰਦੇ ਵੀ ਕਿਤੇ ਲਿਖੇ ਗੀਤ ਕੋਲ ਨਾ ਤੇ ਮੈਂ ਕਿਹਾ ਮੈਂ ਉਦੋਂ ਮੈਂ ਬੜੀ ਸੀਗੀ ਜਦੋਂ ਬੰਦੇ ਨੂੰ ਕੁਝ ਨਹੀਂ ਆਉਂਦਾ ਹੁੰਦਾ ਨਾ ਮੈਂ ਮੈਂ ਬੜਾ ਬੋਲਦਾ ਉਹ ਵੀ ਜੀ ਹਾਂਜੀ ਤੇ ਜਦੋਂ ਉਹਨੂੰ ਥੋੜੀ ਜਿਹੀ ਸਮਝ ਪੈ ਜਾਵੇ ਤੇ ਫਿਰ ਮੈਂ ਮੈਂ ਨਹੀਂ ਉਹ ਤੂੰ ਤੂੰ ਕਹਿਣ ਲੱਗ ਜਾਂਦਾ ਸਭ ਤੋਂ ਵੱਡੀ ਤਬਦੀਲੀ ਹੈ ਬਿਲਕੁਲ ਜਦੋਂ ਮੈਂ ਮੈਂ ਕੀਤਾ ਮੈਂ ਵੀ ਦੋ ਕਰੀ ਤੇ ਕਹਿੰਦੇ ਸੁਣਾ ਜਦ ਮੈਂ ਕੀ ਸੁਣਾਇਆ ਤੂੰ ਮੇਰਾ ਕੀ ਸੁਣ ਕੇ ਹੱਸ ਪਏ ਸੀ ਕਹਿੰਦੇ ਇਹਨੂੰ ਗੀਤ ਕਹਿੰਦੇ ਆ ਜਿਹਨੂੰ ਤੂੰ ਗੀਤ ਸੁਣਾ ਰਿਹਾ ਅੱਛਾ ਤੇ ਉਹਨਾਂ ਦਾ ਉਹ ਬਾਕੀ ਨਾਲ ਇਹ ਗੱਲ ਕਹਿਣਾ ਮੇਰਾ خیال ਹੈ ਕਿ ਮੇਰੇ ਲਈ ਬਹੁਤ ਵੱਡੀ ਗੱਲ ਹੋਈ ਜਦੋਂ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਸੁਣਾਓ ਫਿਰ ਗੀਤ ਕੀ ਹੁੰਦਾ ਹੈ ਅੱਛਾ ਤੇ ਉਹਨਾਂ ਨੇ ਕਿਸੇ ਇੱਕ ਗੀਤ ਦਾ ਸਥਾਈ ਅੰਤਰਾ ਸੁਣਾਇਆ ਤੇ ਮੈਨੂੰ ਲੱਗਿਆ ਸੀ ਕਿ ਸੱਚੀ ਮੁੱਚੀ ਮੈਂ ਹਲੇ ਲਿਖਣ ਵਾਲਾ ਨਹੀਂ ਹੋਇਆ ਫਿਰ ਮੈਂ 4 ਸਾਲ ਇੱਕ ਵੀ ਗੀਤ ਨਹੀਂ ਸੀ ਲਿਖਿਆ ਇੱਕ ਗੀਤਾਂ ਛੱਡੋ ਇੱਕ ਲਾਈਨ ਮੁਖੜਾ ਵੀ ਨਹੀਂ ਸੀ ਲਿਖਿਆ ਫਿਰ ਵੇਖਿਆ ਕਿ ਗੀਤ ਕਹਿੰਦੇ ਕਿੰਨੂ ਆ ਸ਼ਾਇਰੀ ਕਹਿੰਦੇ ਕਿੰਨੂ ਆ ਫਿਰ ਮੈਨੂੰ ਹਲੇ ਵੀ ਬਹੁਤਾ ਨਹੀਂ ਪਤਾ ਪਰ ਥੋੜਾ ਬਹੁਤਾ ਮੈਨੂੰ ਪਤਾ ਲੱਗਿਆ ਨਹੀਂ ਪਰ ਤੁਸੀਂ ਉਸ ਚੀਜ਼ ਨੂੰ ਬਹੁਤ ਹੀ ਸੀਰੀਅਸਲੀ ਲਿਆ ਔਰ ਤੁਸੀਂ 4 ਸਾਲ ਉਤੇ ਤੇ ਕੰਮ ਕੀਤਾ ਸਿੱਖਿਆ ਬਰੀਕੀਆਂ ਸਿੱਖੀਆਂ ਤੇ ਉਹ ਦਿੱਸਦੀਆਂ ਵੀ ਆਜ ਪਾਜੀ ਠੀਕ ਹੈ ਆਪਣੇ ਆਪ ਨੂੰ ਤਾਂ ਬੰਦਾ ਕਦੇ ਵੀ ਨਹੀਂ ਸਮਝਦਾ ਕਿ ਮੈਂ ਹਰ ਚੀਜ਼ ਦੇ ਵਿੱਚ ਕਾਮਯਾਬ ਆ ਜਾਂ ਹਰ ਚੀਜ਼ ਮੈਨੂੰ ਆ ਗਈ ਔਰ ਚਾਹੀਦਾ ਵੀ ਇਦਾਂ ਹੀ ਆ ਅੱਜਾ ਭਾਜੀ ਇੰਗਲੈਂਡ ਕਿਦਾਂ ਫਿਰ ਐਸ ਟਾਈਮ ਤੁਹਾਡਾ ਕਿਦਾਂ ਆਉਣਾ ਪਿਆ ਇੰਗਲੈਂਡ ਐਕਚੁਅਲੀ ਮੈਂ ਪਹਿਲੀ ਵਾਰ ਜਦੋਂ ਇੱਥੇ ਆਇਆ ਸੀ ਤੇ ਜਸਪਾਲ ਸਿੰਘ ਗਰੇਵਾਲ ਸਾਹਿਬ ਮੈਨੂੰ ਲੈ ਕੇ ਆਏ ਸੀ ਅੱਛਾ ਜੀ ਗੁਰਨੇਕ ਸਿੰਘ ਰਾਏ ਹੁਰੀ ਉਸ ਸਮੇਂ ਦੇ ਵਿੱਚ ਮੈਨੂੰ ਕਿਸੇ ਮੇਲੇ ਸੁਣਿਆ ਸੀ ਇੰਗਲੈਂਡ ਭਗਵੰਤ ਸਿੰਘ ਸ਼ੇਰਗਿੱਲ ਹੁਰੀ ਇਹ ਸਾਰੇ ਸੱਜਣ ਬੜੇ ਸਾਲਾਂ ਤੋਂ ਸਾਡੀ ਸਾਝ ਹੈ ਅੱਛਾ ਜੀ ਤਾਂ ਉਦੋਂ ਤੋਂ ਮੈਨੂੰ ਐ ਲੱਗਦਾ ਕਿ ਮੈਂ ਅਮਰੀਕਾ ਜਾਣਾ ਹੋਵੇ ਜਾਂ ਕੈਨੇਡਾ ਜਾਣਾ ਹੋਵੇ ਤੇ ਮੈਂ ਵਾਇਆ ਇੰਗਲੈਂਡ ਜਾਣਾ ਪ੍ਰੇਫਰ ਕਰਦਾ ਅੱਛਾ ਜੀ ਤੇ ਇੱਕ ਅੱਧੀ ਰਾਤ ਜਾਂਦੇ ਆ ਰੁਕ ਜਾਈਦਾ ਆਉਂਦੇ ਆ ਫਿਰ ਹਫਤਾ ਦਾ ਦਾ ਰੁਕ ਜਾਈਦਾ ਬਹੁਤ ਵਧੀਆ ਤੇ ਉਹ ਮੈਨੂੰ ਇੰਗਲੈਂਡ ਚ ਤਾਂ ਐ ਲੱਗਦਾ ਕਿ ਜਿਵੇਂ ਮੇਰਾ ਦੂਜਾ ਘਰ ਹੀ ਹੋਵੇ ਤੇ ਇੱਕ ਕਹਾਵਤ ਹੈ ਕਿ ਇਹ ਨਾ ਵੇਖੋ ਕਿਸੇ ਦੇ ਦੋਸਤ ਕਿੰਨੇ ਨੇ ਇਹ ਵੇਖੋ ਪੁਰਾਣੇ ਕਿੰਨੇ ਕਿਨੇ ਬਿਲਕੁਲ ਤੇ ਮੈਂ ਜਦੋਂ ਕੋਈ 20 ਸਾਲ ਪਹਿਲਾਂ ਪਹਿਲੀ ਵਾਰ ਇੰਗਲੈਂਡ ਚ ਆਇਆ ਸੀ ਤੇ ਉਦੋਂ ਦੇ ਮੇਰੀਆਂ ਉਹ ਸਾਂਝਾਂ ਨੇ ਤੇ ਉਹ ਪਰਿਵਾਰਕ ਸਾਂਝਾਂ ਨੇ ਦੁੱਖ ਸੁੱਖ ਵਿੱਚ ਅਸੀਂ ਮਿਲਦੇ-ਗਿਲਦੇ ਹਕੁੱਜੇ ਨਾਲ ਤੇ ਹੁਣ ਵੀ ਕੁਝ ਪਰਿਵਾਰਕ ਕਰਜੇਵੇਂ ਸੀਗੇ ਤੇ ਉਹ ਫੰਕਸ਼ਨ ਅਟੈਂਡ ਕਰਨਾ ਆ ਸੀ ਤੇ ਬਸ ਉਸ ਦੇ ਬਹਾਨੇ ਤੁਹਾਡੇ ਦਰਸ਼ਨ ਹੋ ਗਏ ਬਹੁਤ ਚੰਗਾ ਜੀ ਤੇ ਇਸ ਬਹਾਨੇ ਤੁਸੀਂ ਸਾਨੂੰ ਵੀ ਆਪਣੇ ਦਰਸ਼ਨ ਦਿੱਤੇ ਔਰ ਪਾ ਜੀ ਮਿਊਜ਼ਿਕ ਦੇ ਨਾਲ ਨਾਲ ਹੁਣ ਕਿਉਂਕਿ ਗਾਣੇ ਸਾਡੇ ਜਿਹੜੇ ਆ ਉਹ ਸੁਣਨ ਦੇ ਨਾਲ ਨਾਲ ਦੇਖਣ ਵਾਲੀ ਚੀਜ਼ ਬਣ ਗਿਆ ਤੇ ਹੁਣ ਦੇਖਣ ਵਾਲਾ ਜਿਹੜਾ ਵਿਜ਼ਨ ਆ ਉਹ ਵੀ ਬੜਾ ਡਿਫਰੈਂਟ ਹੁੰਦਾ ਜਾ ਰਿਹਾ ਆ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਆ ਮੈਂ ਉਹ ਕਿਹਦੀ ਤਬਦੀਲੀ ਹੈ ਇੱਕ ਕੁਦਰਤ ਦਾ ਵੀ ਨਿਯਮ ਹੈ ਤੇ ਹੁਣ ਟੈਕਨੋਲੋਜੀ ਦਾ ਜ਼ਮਾਨਾ ਹੈ ਇਹ ਲੋਕ ਕੰਨਾਂ ਨਾਲ ਵੀ ਸੁਣਦੇ ਆ ਤੇ ਅੱਖਾਂ ਨਾਲ ਵੀ ਮੰਨਦੇ ਆ ਕੋਈ ਬੁਰੀ ਗੱਲ ਨਹੀਂ ਚੰਗੀ ਗੱਲ ਹੈ ਤੇ ਜਿੱਥੋਂ ਤੱਕ ਸੰਗੀਤ ਦਾ ਓਵਰਆਲ ਮਸਲਾ ਹੈ ਉਹ ਇਹ ਹੈ ਕਿ ਪੰਜਾਬੀ ਸੰਗੀਤ ਨੇ ਬਹੁਤ ਤਰੱਕੀ ਕੀਤੀ ਹੈ ਉਹ ਦੇਖੋ ਸਾਡੀਆਂ ਫਿਲਮਾਂ ਕਿੰਨੀਆਂ ਵੱਡਾ ਵੱਡਾ ਬਿਜ਼ਨਸ ਕਰੀਆਂ ਨੇ ਉਹਦੇ ਕਰਕੇ ਖਾਸ ਕਰਕੇ ਜਿਹੜੇ ਦੇਸ਼ ਤੋਂ ਬਾਹਰ ਰਹਿੰਦੇ ਨੇ ਬੱਚੇ ਉਹ ਫਿਲਮਾਂ ਦੇ ਬਹਾਨੇ ਗੀਤਾਂ ਦੇ ਬਹਾਨੇ ਆਪਣੀ ਪਛਾਣ ਨਾਲ ਜੁੜੇ ਹੋਏ ਨੇ ਤੇ ਮੇਰਾ ਖਿਆਲ ਹੈ ਕਿ ਚੜਦੀ ਕਲਾ ਦੇ ਵਿੱਚ ਹੈ ਸਾਰਾ ਕੁਝ ਤੇ ਵੀਡੀਓ ਵੀ ਹੁਣ ਤਾਂ ਚੰਗੇ ਬਣਨ ਲੱਗੇ ਹੁਣ ਵੈਸੇ ਚੇਂਜ ਹਾਂ ਜਿੱਦਾਂ ਹੋਣੀ ਤੁਸੀਂ ਕਹੇ ਹੁਣ ਚੇਂਜ ਆ ਹੀ ਆ ਲੋਕਾਂ ਨੂੰ ਵੀ ਸਮਝ ਆ ਗਈ ਹੈ ਕਿ ਬਾਹਲਾ ਗਨ ਕਲਚਰ ਦਿਖਾ ਕੇ ਜਾਂ ਥੋੜਾ ਕਾਟ ਕਪੜੇ ਪਾ ਕੇ ਜਾਂ ਉਹਦੇ ਨਾਲ ਜਿੰਨਾ ਚਿਰ ਗੀਤ ਚ ਦਮ ਨਹੀਂ ਹੈਗਾ ਜੀ ਉਹਨਾਂ ਚ ਤਾਂ ਫੇਰ ਗੱਲ ਬਣਦੀ ਨਹੀਂ ਜਿਵੇਂ ਜੀ ਹਾਂ ਜਿਵੇਂ ਗਨ ਕਲਚਰ ਹੋਇਆ ਨਸ਼ਿਆਂ ਦੀ ਬਹੁਤ ਵढਾਈ ਕੀ ਗੀਤਾਂ ਚ ਹੁੰਦੀ ਹੈ ਇਹ ਮੰਦ ਭਾਗੀ ਹੈ ਕਿਉਂਕਿ ਸਾਡੇ ਜਿਹੜੇ ਬੱਚੇ ਨੇ ਬੱਚੇ ਬਹੁਤ ਨਾਜ਼ੁਕ ਹਜੇ ਉਹਨਾਂ ਦਾ ਸਾਰਾ ਕੁਝ ਹੁੰਦਾ ਹੈ ਉਹ ਫਿਰ ਜੋ ਕੁਝ ਵੇਖਦੇ ਨੇ ਟੀਵੀ ਤੇ ਜਾਂ ਨੈਟ ਤੇ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਅਸਲੀ ਹੀਰੋ ਇਹੋ ਜਿਹੇ ਹੁੰਦੇ ਆ ਸ਼ਾਇਦ ਯੋਧੇ ਇਹੋ ਜਿਹੇ ਹੁੰਦੇ ਆ ਉਹਦਾ ਮਾੜਾ ਅਸਰ ਪੈਂਦਾ ਤੇ ਇਹ ਇਥੋਂ ਗੁਰੇਜ਼ ਕੀਤਾ ਜਾਵੇ ਤੇ ਚੰਗਾ ਹੈ ਬੜੇ ਮੁਹੱਬਤ ਦੇ ਗੀਤ ਗਾ ਕੇ ਵੀ ਲੋਕ ਹਿੱਟ ਹੋਏ ਨੇ ਟ੍ਰੈਡੀਸ਼ਨਲ ਜੁੜੇ ਹੋਏ ਰੀਤੀ ਰਿਵਾਜਾਂ ਦੇ ਗੀਤ ਮੁਹੱਬਤ ਭਰੇ ਗੀਤ ਗਾ ਕੇ ਵੀ ਬੰਦਾ ਹਿੱਟ ਹੁੰਦਾ ਹੈ ਚੇਰ ਤੱਕ ਦਿਲਾਂ ਚ ਵਸਦਾ ਤੇ ਮੇਰਾ ਖਿਆਲ ਤੁਸੀਂ ਸਾਡੇ ਤੋਂ ਵੱਡੇ ਜਿਹੜੇ ਗਾਇਕ ਹੋਏ ਨੇ ਉਹਨਾਂ ਨੂੰ ਸੁਣ ਕੇ ਵੇਖੋ ਉਹਨਾਂ ਦੇ ਗੀਤ ਅੱਜ ਵੀ ਚੱਲਦੇ ਨੇ ਉਹ ਚੱਲਦੇ ਵੀ ਰਹਿਣਗੇ ਚੱਲਦੇ ਵੀ ਰਹਿਣਗੇ ਔਰ ਭਾਜੀ ਜੇ ਗੀਤਾਂ ਦੀ ਗੱਲ ਕਰੀਏ ਜਿਹੜੇ ਤੁਸੀਂ ਗੀਤ ਆਪਣੇ ਹੁਣ ਤੱਕ ਗਾਏ ਆ ਵੈਸੇ ਤਾਂ ਮਾਨੂੰ ਤਾਂ ਸਾਰੇ ਪੁੱਤ ਪਿਆਰੇ ਹੁੰਦੇ ਤੁਹਾਨੂੰ ਤੁਹਾਡਾ ਆਪਣਾ ਕਿਹੜਾ ਗੀਤ ਸਭ ਤੋਂ ਜ਼ਿਆਦਾ ਪਸੰਦ ਆ ਜਾ ਤੁਹਾਡੇ ਦਿਲ ਦੇ ਜ਼ਿਆਦਾ ਕਰੀ ਉਹ ਮੈਂ ਹਾਲੇ ਲਿਖਣਾ ਹੈ ਤੇ ਗਾਣਾ ਹੈ ਜਿਹੜਾ ਅੱਛਾ ਜਿਹਾ ਗਾਣਾ ਹੈ ਪਰ ਫਿਰ ਵੀ ਜਿਹੜੇ ਗਾਏ ਉਹਨਾਂ ਚੋਂ ਜੀ ਹਾਂ ਇੱਕ ਚੌਂਕੀਦਾਰ ਗੀਤ ਸੀਗਾ ਇਹ ਇੱਕ ਨਹੀਂ ਹੈ ਜ਼ਿਆਦਾ ਗੀਤਾਂ ਦਾ ਮੈਂ ਜ਼ਿਕਰ ਕਰਾਂਗਾ ਅੱਛਾ ਜੀ ਕਿ ਚੌਂਕੀਦਾਰ ਮੈਂ ਮੁਹਾਲੀ ਰਹਿਣਾ ਤੇ ਸਾਡੀ ਗਲੀ ਦੇ ਗੋਂ ਰਾਤ ਨੂੰ ਸਿਟੀਂਆਂ ਮਾਰਦਾ ਲੰਘ ਰਿਹਾ ਸੀ ਤੇ ਮੈਂ ਉਸ ਦਿਨ ਉੱਤੇ ਵਿਚਾਰ ਕੀਤਾ ਸੀਗਾ ਕਿ ਸੁਣ ਵੀਰਾ ਚੌਂਕੀਦਾਰਾ ਤੇਰਾ ਕਰਜ਼ ਸਾਡੇ ਸਿਰ ਪਾਰਾ ਜਾਗਦੇ ਰਹੋ ਦੇ ਹੋ ਕੇ ਸਾਰੀ ਰਾਤ ਲਗਾਉਣਾ ਏ ਤੂੰ ਆਪਣੇ ਘਰ ਨੂੰ ਕਿਹਦੇ ਆਸਰੇ ਛੱਡ ਕੇ ਆਉਣਾ ਹੈ ਸ਼ਹੀਦ ਅਜਮ ਸਰਦਾਰ ਭਗਤ ਸਿੰਘ ਦਾ ਗੀਤ ਸੀਗਾ ਉਹ ਮਜ਼ੇ ਦੀ ਗੱਲ ਹੈ ਕਿ ਸੰਨ 2000 ਚ ਮੈਂ ਜਦੋਂ ਪਹਿਲੀ ਵਾਰ ਇੰਗਲੈਂਡ ਆਇਆ ਤੇ ਮੈਨੂੰ ਇੱਕ ਸੱਜਣ ਨੇ ਕਿਹਾ ਕਿ ਪਗਦ ਸਿਓ ਤੇ ਕੋਈ ਗੀਤ ਲਿਖ ਤੇ ਮੇਰਾ ਖਿਆਲ ਹੈ ਕਿ ਉਦੋਂ ਮੈਂ ਹਲੇ ਇਹ ਜੇ ਰਾਈਟਰ ਸ਼ਾਇਦ ਡਿਵੈਲਪ ਨਹੀਂ ਹੋਇਆ ਹੋਣਾ ਉਹ ਜਦੋਂ ਮੈਂ ਲਿਖਣ ਲੱਗਾ ਤੇ ਮੈਂ ਕਿੰਨੇ ਕਾਗਜ਼ ਖਰਾਬ ਕੀਤੇ ਉਹ ਜਦੋਂ ਮੈਂ ਭਗਤ ਸਿੰਘ ਦਾ ਲਿਖਣ ਲੱਗਾ ਕਦੀ ਕਿਸੇ ਦਾ ਗੀਤ ਮੇਰੇ ਜ਼ਿਹਨ ਚ ਆ ਜਾਵੇ ਇੱਕ ਲਾਈਨ ਉਹਦੀ ਚੱਕਾ ਇੱਕ ਲਾਈਨ ਉਹਦੀ ਚੱਕਾ ਤੇ ਕਰ ਕਰਾ ਕੇ ਮੈਂ ਕਹਾਂਾ ਨਹੀਂ ਇਹ ਤੇ ਉਹਦੇ ਨਾਲ ਰਲ ਗਿਆ ਉਹਦੇ ਨਾਲ ਰਲ ਗਿਆ ਉਹ ਫਿਰ ਮੈਂ ਕਈ ਕਾਗਜ਼ ਪਾੜੇ ਫਿਰ ਉਹ 2010 ਦੇ ਵਿੱਚ ਮੈਂ ਕੈਨੇਡਾ ਸੀਗਾ ਉਹਨਾਂ ਦਿਨਾਂ 'ਚ ਅੱਛਾ ਜੀ ਉਸ ਦਿਨ ਇੱਕ ਗੀਤ ਲਿਖਿਆ ਸੀਗਾ ਦੇਸ਼ ਦੇ ਲੋਕੀ ਅੱਜ ਵੀ ਤੈਨੂੰ ਚੇਤੇ ਕਰਦੇ ਨੇ ਤੇਰੇ ਸੁਪਨੇ ਟੁੱਟੇ ਤੱਕ ਕੇ ਹੋ ਕੇ ਪਰਦੇ ਨੇ ਕੌਣ ਭਲਾ ਜਿਸ ਨੂੰ ਤੇਰੀ ਕੁਰਬਾਨੀ ਯਾਦ ਨਹੀਂ ਭਗਤ ਸਿੰਘ ਹਾਲੇ ਵੀ ਤੇਰਾ ਮੁਲਕ ਆਜ਼ਾਦ ਨਹੀਂ ਪਗਸਿਆਂ ਹਾਲੇ ਵੀ ਆਪਣਾ ਦੇਸ਼ ਆਜ਼ਾਦ ਨਹੀਂ ਤੇਰੀਆਂ ਆਸਾਂ ਵਾਲਾ ਬੂਟਾ ਜੜ ਤੋਂ ਪੁੱਟਿਆ ਏ ਪਹਿਲਾਂ ਅੰਗਰੇਜ਼ਾਂ ਲੁੱਟਿਆ ਸੀ ਹੁਣ ਆਪਣੇ ਹੀ ਲੁੱਟਿਆ ਏ ਮਾੜੇ ਬੰਦੇ ਦੀ ਕੋਈ ਸੁਣਦਾ ਫਰਿਆਦ ਨਹੀਂ ਪਗਸਿਆਂ ਹਾਲੇ ਵੀ ਆਪਣਾ ਦੇਸ਼ ਆਜ਼ਾਦ ਨਹੀਂ ਜਾਂ ਫਿਰ ਇੱਕ ਗੀਤ ਮੇਰਾ ਜਿਹੜਾ ਮੇਰੀ ਪਛਾਣ ਬਣਿਆ ਸੀ ਉਹਦਾ ਨਾਮ ਸੀ ਬਨਜਾਰਾ ਹਾਂ ਉਹ ਚ ਮੈਂ ਮਹਿਸੂਸ ਕਰਕੇ ਆਬੀਅਸਲੀ ਜੋ ਲਿਖਿਆ ਜਾਂਦਾ ਉਹ ਮਹਿਸੂਸ ਕੀਤੇ ਬਿਨਾ ਨਹੀਂ ਲਿਖਿਆ ਜਾਂਦਾ ਨਹੀਂ ਦੇਖ ਸਕਦੇ ਉਸੇ ਕਹਿ ਕੇ ਅਸੀਂ ਸਾਰੇ ਲੋਕ ਬਣ ਜਾ ਰਹੇ ਆ ਵਕ ਵਕ ਬਣਜ ਕਰਦੇ ਆ ਤੇ ਮੈਂ ਗੀਤਾਂ ਦਾ ਮੇਰੇ ਹਿੱਸੇ ਆਇਆ ਕਿ ਕਹਿੰਦਾ ਏ ਬਣਜਾਰਾ ਸੌਦਾ ਸਸਤਾ ਏ ਲੈ ਲੈ ਮੇਰੇ ਆ ਯਾਰਾ ਸੌਦਾ ਸਸਤਾ ਏ ਜੋ ਕੁਝ ਮੇਰੇ ਕੋਲ ਲੁਟਾ ਕੇ ਮੜ ਜਾਣਾ ਇਹ ਸਾਰੇ ਦਾ ਸਾਰਾ ਸੌਦਾ ਸਸਤਾ ਏ ਸੱਚ ਦੇ ਆਸ਼ਕ ਫਿਰ ਵੀ ਇਹ ਗੱਲ ਕਹਿੰਦੇ ਨੇ ਜਦੋਂ ਚੱਲਦਾ ਸੀਸ ਤੇ ਆਰਾ ਸੌਦਾ ਸਸਤਾ ਏ ਦੁਨੀਆ ਛੱਡਣੋਂ ਪਹਿਲਾਂ ਹਰ ਪਰਦੇਸੀ ਨੂੰ ਉਹ ਮਿਲ ਜਾਏ ਵਤਨ ਦੁਬਾਰਾ ਸੌਦਾ ਸਸਤਾ ਏ ਰੋਂਦਾ ਰੋਂਦਾ ਬੱਚਾ ਹੱਸਣ ਲੱਗ ਪਊਗਾ ਕੋਈ ਸੂਫੀ ਲੈ ਦੇ ਇੱਕ ਗੁਬਾਰਾ ਸੌਦਾ ਸਸਤਾ ਏ ਵਾਹ ਕਹਿੰਦਾ ਏ ਮਣਜਾਦਾ ਸੌਦਾ ਸਸਤਾ ਮੈਨੂੰ ਇਹ ਗੀਤ ਤੁਹਾਡਾ ਬਹੁਤ ਪਸੰਦ ਆਇਆ ਹੁਣੇ-ਹੁਣੇ ਤੁਸੀਂ ਇਹ ਰਜੀਜ ਕੀਤਾ ਧੀਆਂ ਦੀ ਗੱਲਬਾਤ ਕੀਤੀ ਤੁਸੀਂ ਉਹਦੇ ਵਿੱਚ ਉਹਦੀਆਂ ਦੋ ਬੰਨਾਂ ਮੈਂ ਚਾਹਣਾ ਮੇਰੇ ਦਰਸ਼ਕਾਂ ਨੂੰ ਤੁਸੀਂ ਸੁਣਾਵੋ ਧੀਆਂ ਦੀ ਗੱਲ ਕਰਨ ਤੋਂ ਪਹਿਲਾਂ ਮੈਂ ਮਾਵਾ ਦੀ ਗੱਲ ਕਰਦਾ ਕਿ ਜਿਹੜੀਆਂ ਧੀਆਂ ਨੇ ਇਹਨਾਂ ਨੇ ਅੱਗੇ ਜਾ ਕੇ ਮਾਵਾ ਬਣਨਾ ਤੇ ਮਾਵਾ ਲਈ ਇੱਕ ਨਕਾ ਜਿਹਾ ਸ਼ੇਰ ਲਿਖਿਆ ਸੀ ਕਿ ਭਾਵੇਂ ਰੁੱਖਾਂ ਦੀ ਹੋਵੇ ਤੇ ਭਾਵੇਂ ਕੰਧਾਂ ਦੀ ਹੋਵੇ ਛਾਂ ਤੇ ਛਾਂ ਹੀ ਹੁੰਦੀ ਹੈ ਕਿਸੇ ਵੀ ਮੁਲਕ ਦੀ ਹੋਵੇ ਕਿਸੇ ਵੀ ਮਜ਼ਹਬ ਦੀ ਹੋਵੇ ਮਾਂ ਤੇ ਮਾਂ ਹੀ ਹੁੰਦੀ ਹੈ ਇਸੇ ਤਰ੍ਹਾਂ 3ਾਂ 3 ਆਈ ਹੁੰਦੀਆਂ ਨੇ ਕਿਸੇ ਰੰਗ نسل ਜਾਤ ਮਜਬ ਕਿਸੇ ਮੁਲਕ ਦਾ ਕੋਈ ਇਹਦੇ ਵਿੱਚ ਫਾਸਲਾ ਨਹੀਂ ਹੈ ਤੇ 3ਾਂ ਤੋਂ ਬਿਨਾ ਇਹ ਸਮਾਜ ਅਧੂਰਾ ਹੈ 3ਾਂ ਨੇ ਹੀ ਅੱਗੇ ਜਾ ਕੇ ਮਾਵਾ ਬਣਨਾ ਹੈ ਇਹਨਾਂ ਨੇ ਘਰ ਨੂੰ ਇਹਨਾਂ ਨੇ ਸਮਾਜ ਨੂੰ ਇੱਕ ਦਿਖ ਦੇਣੀ ਹੈ ਸਵਾਰਨਾ ਹੈ ਤੇ ਸੋ 3ਾਂ ਦੀਆਂ ਅੱਖਾਂ 'ਚ ਹੰਝੂ ਹੋਵੇ ਇਹ ਕਿਸੇ ਵੀ ਸਮਾਜ ਲਈ ਚੰਗਾ ਨਹੀਂ ਹੈ ਸੋ ਇਹ ਗੀਤ ਲਿਖ ਕੇ ਮੈਨੂੰ ਲੱਗਿਆ ਕਿ ਮੈਂ ਥੋੜਾ ਬਹੁਤ ਕੁਝ ਕਰ ਸਕਿਆ ਸੋ ਆਪ ਜੀ ਦੀ ਨਜ਼ਰ ਮੁਕੀਤ ਕਰਦਾ ਹੈ ਜਰੂਰ ਹੇ ਅਮੜੀ ਦੀਆਂ ਸਹੇਲੀਆਂ ਸ਼ਾਨਾ ਬਾਬਲ ਦੀ ਪੱਗ ਦੀਆਂ ਇਹ 3ਆ ਕਰਦੀਆਂ ਰੌਣਕਾਂ 3ਆ ਨਾਲ ਰੌਣਕਾਂ ਜਗ ਦੀਆਂ ਵੇ ਤੀਆਂ ਹੱਸਦੀਆਂ ਚੰਗੀਆਂ ਲੱਗਦੀਆਂ ਤੀਆਂ ਵੱਸਦੀਆਂ ਚੰਗੀਆਂ ਲੱਗਦੀਆਂ ਇਹ ਨਾਜ਼ੁਕ ਕਲੀਆਂ ਵਰਗੀਆਂ ਕੋਮਲ ਕਵਿਤਾਵਾਂ ਵਰਗੀਆਂ ਕਦੇ ਵੇਖਿਓ ਕਦੇ ਸੋਚਿਓ ਇਹ ਬਿਲਕੁਲ ਸਾਹਾਂ ਵਰਗੀਆਂ ਤੀਆਂ ਦੀਆਂ ਦੀਆਂ ਲੋੜਾਂ ਜ਼ਿੰਦਗੀ ਦੇ ਵਿੱਚ ਜਿਉਂ ਮੁੰਦਰੀ ਵਿੱਚ ਨਗ ਦੀਆਂ ਵੇ ਤੀਆਂ ਹੱਸਦੀਆਂ ਚੰਗੀਆਂ ਲੱਗਦੀਆਂ ਤੀਆਂ ਵੱਸਦੀਆਂ ਚੰਗੀਆਂ ਲੱਗਦੀਆਂ ਬਹੁਤ ਹੀ ਭਾਈ ਬਹੁਤ ਹੀ ਅੱਛੀ ਸ਼ਾਇਰੀ ਔਰ ਬਹੁਤ ਅੱਛਾ ਤੁਸੀਂ ਇਹ ਗੀਤ ਨੂੰ ਮੈਂ ਗੀਤ ਸੁਣਿਆ ਔਰ ਬਹੁਤ ਅੱਛਾ ਲੱਗਾ ਭਾਜੀ ਆਉਣ ਵਾਲੇ ਪ੍ਰੋਜੈਕਟਸ ਦੇ ਬਾਰੇ ਥੋੜਾ ਜਿਆਦਾ ਦੱਸੋ ਅਸਲ 'ਚ ਜਿਹੜਾ ਮੇਰੇ ਵਰਗਾ ਰਾਈਟਰ ਹੁੰਦਾ ਨਾ ਕਿ ਉਹਦੇ ਜ਼ਿਹਨ ਦੇ ਵਿੱਚ ਬੜਾ ਰੌਲਕ ਝੋਲਾ ਹੁੰਦਾ ਹੈ ਉਹ ਨਵਾਂ ਗੀਤ ਲਿਖ ਲੈਂਦਾ ਉਹ ਸਭ ਤੋਂ ਉੱਪਰਲਾ ਗੀਤ ਉਹ ਹੀ ਚੰਗਾ ਲੱਗਣ ਲੱਗ ਜਾਂਦਾ ਹੈ ਹਾਂਜੀ ਸੋ ਮੇਰੇ ਕੋਲ ਬਹੁਤ ਕੁਝ ਲਿਖਿਆ ਪਿਆ ਹੈ ਇਹ ਕੁਝ ਕਿਤਾਬਾਂ ਵੀ ਛਪਣ ਗਈਆਂ ਹੋਰ ਅੱਛਾ ਜੀ ਮੇਰਾ ਖਿਆਲ ਹੈ ਕਿ ਅਸੀਂ ਹੋਰ ਜ਼ਿਆਦਾ ਸਪੀਡ ਨਾਲ ਕੰਮ ਕਰਨਾ ਚਾਹੁੰਦੇ ਹਾਂ ਹਾਲੇ ਥੋੜਾ ਜਿਆਦਾ ਹੀ ਕਰ ਸਕੇ ਹਾਂ ਪਰ ਮੇਰੇ ਸਰੋਤਿਆਂ ਨੇ ਮੇਰੇ ਕੰਮ ਨੂੰ ਬੜਾ ਪਸੰਦ ਕੀਤਾ ਬੜੀ ਮੁਹੱਬਤ ਮਿਲੀ ਹੈ ਕੋਈ ਸ਼ਿਕਵਾ ਨਹੀਂ ਹੈ ਕੋਈ ਸ਼ਿਕਾਇਤ ਨਹੀਂ ਹੈ ਸੋ ਦਿਲ ਨਾਲ ਕੰਮ ਕਰ ਰਹੇ ਆ ਦਿਲ ਨਾਲ ਹੀ ਅੱਗੇ ਕਰਾਂਗੇ ਸੋ ਜਦ ਤੱਕ ਸਾਹ ਨੇ ਕੁਝ ਨਾ ਕੁਝ ਕਰਦੇ ਰਹਿਣਾਗੇ ਬਹੁਤ ਅੱਛੀ ਗੱਲ ਹੈ ਜੀ ਬਹੁਤ ਜੀ ਇਸ ਦੇ ਨਾਲ ਹੀ ਮੈਂ ਤੁਹਾਡਾ ਇੱਕ ਵਾਰ ਫਿਰ ਧੰਨਵਾਦ ਸ਼ੁਕਰੀਆ ਕਰਨਾ ਚਾਹੁੰਦਾ ਕਿ ਤੁਸੀਂ ਆਪਣੇ ਕੀਮਤੀ ਟਾਈਮ ਦੇ ਵਿੱਚ ਸਾਨੂੰ ਟਾਈਮ ਦਿੱਤਾ ਔਰ ਮਹਾਰਾਜ ਜੀ ਕੇ ਅਰਦਾਸ ਕਰਦਾ ਆ ਕਿ ਤੁਸੀਂ ਇਦਾਂ ਹੀ ਅੱਛੀ ਅੱਛੀ ਸ਼ਾਇਰੀ ਦੇਖਦੇ ਰਹੋ ਔਰ ਅੱਛੇ ਅੱਛੇ ਗੀਤ ਸਾਨੂੰ ਸਾਰੀ ਦੁਨੀਆ ਨੂੰ ਧੰਨ ਦੇ ਰਵ ਮਾਰੇ ਤੁਹਾਨੂੰ ਤੰਦਰੁਸਤੀ ਬਖਸ਼ੇ ਬਹੁਤ ਬਹੁਤ ਧੰਨਵਾਦ ਜਰਬ ਤੁਸੀਂ ਮੈਨੂੰ ਯਾਦ ਕੀਤਾ ਕਿ ਬੈਲ ਟੀਵੀ ਤੇ ਆ ਕੇ ਆਪਣੇ ਦਰਸ਼ਕਾਂ ਨਾਲ ਕੁਝ ਗੱਲਾਂ ਕਰ ਸਕਾਂ ਤੇ ਉਮੀਦ ਹੈ ਕਿ ਮੇਰੇ ਦਰਸ਼ਕਾਂ ਨੂੰ ਵੀ ਸਾਡੀ ਅੱਜ ਦੀ ਗੱਲਬਾਤ ਚੰਗੀ ਲੱਗੀ ਹੋਵੇਗੀ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਕਿਉਂਕਿ ਇਹ ਜਿਹੜਾ ਮੀਡੀਆ ਹੈ ਇਹ ਬਹੁਤ ਬਹੁਤ ਸਤਕਾਰਯੋਗ ਇੱਕ ਥੰਮ ਹੈ ਸਾਡੇ ਸਮਾਜ ਦਾ ਵੱਖਰੀ ਗੱਲ ਹੈ ਕਿ ਕਈ ਥਾਵਾਂ ਤੇ ਮੀਡੀਆ ਅੱਜਕਲ ਆਪਣੀ ਜ਼ਿੰਮੇਵਾਰੀ ਨਹੀਂ ਨਿਭਾ ਰਿਆ ਮੀਡੀਆ ਵਾਲੇ ਸੱਜਣਾਂ ਨੂੰ ਬੇਨਤੀ ਹੈ ਕਿ ਉਹ ਆਪਣੇ ਫਰਜ਼ਾਂ ਨੂੰ ਪਹਿਚਾਨਣ ਕਿਉਂਕਿ ਦੀਵੇ ਜਗਾਓ ਹਨੇਰਾ ਬੜਾ ਏ ਰਾਹ ਰੁਸ਼ਨਾਓ ਹਨੇਰਾ ਬੜਾ ਏ ਕਲਮਾਂ ਤੇ ਸੋਚਾਂ ਵਾਲਿਓ ਫਰਜ਼ ਨਿਭਾਓ ਹਨੇਰਾ ਬੜਾ ਏ ਸੋ ਸੂਫੀ ਬੀਰ ਬਲੋ ਸੁਣਨ ਵਾਲਿਆਂ ਨੂੰ ਬਹੁਤ ਮੁਹੱਬਤ ਬਹੁਤ ਸਤਿਕਾਰ ਜਿੱਥੇ ਵੀ ਹੋ ਜੋ ਵੀ ਕਰਦੇ ਹੋ ਪੂਰੇ ਦਿਲ ਨਾਲ ਕਰੋ ਬਰਕਤ ਪਾਏਗੀ ਬਾਸ਼ੁਕਰਾ ਸਸਿਖਰੀ ਸੋ ਦੋਸਤੋ ਇਹ ਸੰਤ ਸੂਫੀ ਬਲਗੀਰ ਜੀ ਜਿਨ੍ਹਾਂ ਨੇ ਆਪਣੇ ਪਿਛਲੇ ਜ਼ਿੰਦਗੀ ਦੇ ਬਾਰੇ ਸਾਨੂੰ ਦੱਸਿਆ ਕਿ ਕਿੱਦਾਂ ਇਹਨਾਂ ਨੇ ਗੀਤ ਪਹਿਲਾਂ ਲਿਖਿਆ ਤੇ ਫਿਰ ਇਹਨਾਂ ਨੂੰ ਦੂਸਰੇ ਰਾਈਟਰ ਨੇ ਕਿਹਾ ਕਿ ਇਹਨੂੰ ਤੁਸੀਂ ਗੀਤ ਸਮਝਦੇ ਆ ਤੇ ਫਿਰ ਇਹਨਾਂ ਨੇ ਉਸ ਗੱਲ ਨੂੰ ਬਹੁਤ ਸੀਰੀਅਸਲੀ ਲਿਆ ਔਰ ਅੱਛੇ-ਅੱਛੇ ਗੀਤ ਫਿਰ ਬਹੁਤ ਸਾਰੇ ਅੱਛੇ-ਅੱਛੇ ਗੀਤ ਇਹਨਾਂ ਨੇ ਸਾਨੂੰ ਸੁਣਨ ਨੂੰ ਦਿੱਤੇ ਔਰ ਇਹਦੇ ਨਾਲ ਨਾਲ ਇਹਨਾਂ ਨੇ ਬਹੁਤ ਸਾਰੀਆਂ ਕਿਤਾਬਾਂ ਵੀ ਲਿਖੀਆਂ ਔਰ ਇਹਨਾਂ ਨੇ ਹੁਣ ਆਪਣੇ ਆਉਣ ਵਾਲੇ ਪ੍ਰੋਜੈਕਟਸ ਬਾਰੇ ਵੀ ਦੱਸਿਆ ਤੇ ਉਹ شور ਨਹੀਂ ਹੈਗੇ ਕਿਉਂਕਿ ਉਹ ਕਹਿੰਦੇ ਵੀ ਗੀਤ ਇੰਨੇ ਆ ਰਹੇ ਆ ਦਿਮਾਗ ਦੇ ਵਿੱਚ ਤੇ ਪਤਾ ਨਹੀਂ ਕਿਹੜਾ ਗੀਤ ਹੁਣ ਜਲਦੀ ਰਿਲੀਜ਼ ਹੋ ਜਾਵੇ ਪਰ ਇਹਨਾਂ ਕੋਲ ਬਹੁਤ ਹੀ ਮਟੀਰੀਅਲ ਪਿਆ ਆ ਜਿਹੜਾ ਇਹ ਰਿਲੀਜ਼ ਕਰਨਾ ਚਾਹੁੰਦੇ ਹਨ ਔਰ ਅਸੀਂ ਵੀ ਇਹੀ ਉਮੀਦ ਰਿਹਾ ਤੋਂ ਰੱਖਦੇ ਹਾਂ ਕਿ ਮਹਾਰਾਜ ਇਹਨਾਂ ਨੂੰ ਤੰਦਰੁਸਤੀ ਬਖਸ਼ਣ ਔਰ ਅੱਛੇ-ਅੱਛੇ ਗੀਤ ਸਮਾਜ ਨੂੰ ਦਿੰਦੇ ਰਹਿਣ ਇਹਦੇ ਨਾਲ ਹੀ ਪ੍ਰੋਗਰਾਮ ਦੀ ਸਮਾਪਤੀ ਆ ਦੇਖਦੇ ਰਹੋ ਗਿਲ ਟੀਵੀ ਸਬਸਕ੍ਰਾਈਬ ਕਰੋ ਬੋ ਬੈਲ ਆਈਕਨ ਦਬਾ ਲਵੋ ਕਿ ਤੁਹਾਨੂੰ ਨੋਟੀਫਿਕੇਸ਼ਨ ਜਲਦੀ ਮਿਲ ਜਾਵੇ ਜਦੋਂ ਅਸੀਂ ਕੋਈ ਸਰਵਿਸ ਕਰੀਏ ਧੰਨਵਾਦ ਸ਼ੁਕਰੀਆ